सत श्री अकाल जी, संधू डेयरी फार्म ते तुहाडा स्वागत है। उम्मीद आ भी सारे सज्जण अपने ठीक ठाक होंगे। तो अज की वीडियो आपां बनाउण लगे हां भी जदों अपना पशु चारा घट खा करदा जां दाणा दूणा घट खांदा जां पट्ठे जमे नहीं खांदा हैगा। देखो कई बारी इदां दे भी हालात हो जांदे आ भी अपना पशु पट्ठे छड्ड दिंदा जमी, ते ओह टाइम भी संकट नालों घट नहीं हुंदा। क्यों आपां नूं ऐ यार सोच हो जांदी भी यार कख खाऊगा ना फिर ही पशु तंदुरुस्त होगा, है ना। तो कई बार इदा का हुंदा भी पशु ठीक भी हुंदा ते टेंपरेचर सारा कोई बुखार बखूर भी नहीं हुंदा ते फिर भी ओह पट्ठे नहीं खांदा हैगा, यानी कि भी उहदे लीवर च कह लो जां उहनूं ऑटोमैटिक भुखी इन्नी कु कह लो भी बाद हाजमा जां कुछ भी ला लो भी उहनूं भुख नहीं लगदी भी कख जमी बिल्कुल छड्डे दिंदा। ओह इदा का अपने नाल होया ते अपनी जिहड़ी इह मैं आ ते बिल्कुल ही पट्ठे इक तरह दा पाणी पाणी पींदी थी ना मात्री, बस कोई माड़ा मोटा की कहना इहनूं उही गल्ल आ इन्ने पाया किलो दो किलो पट्ठे खा लिओ उहदे नाल तां पशु नूं की हुंदा, है ना। भी जिवें जे तांसला पाता तां दो दिन च ला लो इक तांसला, ते इदां दा ऐ होया वी यार पट्ठे तां मैं जमी छड्ड गई ते लक्का भी नाल ला गई ते दुध तां कित्थों देणा, है ना, जदों पट्ठे छड्डते। ते मेन गल फिर कई भरावां नूं फोन भी करके पुछया भी यार ना आपां मैं खरीदी थी इक भी ऐ करके ऐ गल हो गई, तां किसे ने कुछ दस्या थोड़ी थोड़ी जानकारी इकट्ठी करी ते थोड़ा थोड़ा आपां नूं भी हैगा जी। चल आपां जिवें कह दिंदे मिठा सोडा दे दो पशु नूं, मिठे सोडे नाल भी पशु कख वधिया खाण लग जांदा। ते होर जिवें आपां लीवर टॉनिक भी जरूरी आ, ओह भी आपां जे कोई थोड़े चंगे दुध वाला पशु आ ना ਤਾਂ ਉਹਨੂੰ ਡੇਲੀ ਆਪਣਾ 100 ml ਦਾ ਲੀਵਰ ਟੋਨਿਕ ਡੇਲੀ ਉਹਦੀ ਡੋ ਹਾਰਟ ਟਾਈਮ ਰੱਖੋ ਉਹਨੂੰ, ਅਤੇ ਜਦੋਂ ਉਹਦਾ ਲੀਵਰ ਮਜ਼ਬੂਤ ਹੋਊਗਾ ਤਾਂ ਆਟੋਮੈਟਿਕ ਹੀ ਦੁੱਧ ਵੱਧ ਦੇਊਗੀ ਮੈਂ। ਅਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਮੈਂ ਜਿਵੇਂ ਪੱਠੇ ਕਿਵੇਂ ਖਾਣ ਲੱਗਦੀ ਆ, ਤਾਂ ਉਹ ਆਪਾਂ ਨੂੰ ਕਿਸੇ ਮਿੱਤਰ ਨੇ ਆਪਣੇ ਨੇ ਦੱਸਿਆ ਨੁਸਖਾ, ਤਾਂ ਉਹ ਕਾਮਯਾਬ ਵੀ ਹੋਇਆ ਤਾਂ ਜ਼ਰੂਰੀ ਸਮਝਿਆ ਵੀ ਚੱਲ ਕਿਸੇ ਹੋਰ ਸੱਜਣ ਦਾ ਵੀ ਫਾਇਦਾ ਹੋਜੂ, ਹੈ ਨਾ। ਅਤੇ ਉਹੀ ਗੱਲ ਆ, ਗਿਆਨ ਆ ਜਿੰਨਾ ਵੰਡਾਂਗੇ ਉਨਾ ਵੱਧਦਾ। ਅਤੇ ਆਪਾਂ ਨੂੰ ਕਿਸੇ ਨਾਲ ਕਿਸੇ ਤੋਂ ਮਿਲਿਆ ਮਸ਼ਵਰਾ ਤਾਂ ਆਪਾਂ ਸੋਚਿਆ ਵੀ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਈਏ। ਲੈ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਅਤੇ ਹਿਮਾਲਿਆ ਦਾ ਦੇਖੋ, ਆਹ ਹਿਮਾਲਿਆ ਪਤੀਸਾ ਅਤੇ ਆਹ ਦੇਖੋ ਆਹ ਪੈਕਿੰਗ ਇਹਦੀ, ਕਿਲੋ ਅੱਧੀ ਕਿਲੋ ਦੀ ਸਾਰੀ ਤਰ੍ਹਾਂ ਦੀ ਪੈਕਿੰਗ ਆਉਂਦੀ ਹੈ। ਦੇਖੋ ਘੋ ਪਾਣੀ 'ਚ ਵੀ ਘੋਲ ਸਕਦੇ ਹੋ ਤੁਸੀਂ ਅਤੇ ਆਪਣਾ ਚਾਹੇ ਇਹਨੂੰ ਗੁੜ ਦਾ ਕਾਹ ਬਣਾ ਲਓ ਪਾਈ ਅੱਕ ਗੁੜ ਦਾ ਘੋਲ ਕੇ ਜੇ ਅਤੇ ਇੱਦਾਂ ਥੱਲੇ ਕਰਦੇ। ਦੇਖੋ ਆਹ ਦੇਖੋ ਇਹ 'ਚ ਐਵੇਂ ਕਿਸੇ ਵੀ ਭਾਂਡੇ 'ਚ ਲੈ ਲਓ, ਇਹਨੂੰ ਦੋ ਕੁ ਮੁੱਠਾ ਪਾ ਲਓ ਐਵੇਂ ਬਸ ਹੌਲੇ ਹੌਲੇ ਜੇ ਇਹ ਐਵੇਂ ਅਤੇ ਇਹਨੂੰ ਦੋ ਕੁ ਮੁੱਠ ਪਾ ਕੇ 'ਚ ਇਹਨੂੰ ਡੇਲੀ ਦਿਓ ਪਸ਼ੂ ਨੂੰ, ਪਸ਼ੂ ਇਹਨੂੰ ਵਧੀਆ ਆਪਣਾ ਘੋਲ ਬਣਾ ਲਓ ਅਤੇ ਮੈਂ ਇਹਨੂੰ ਬੰਨੋ ਇਹੋ ਜਿਹੇ ਤਰੀਕੇ ਨਾਲ ਵੀ ਦੇਖੋ ਜਿਵੇਂ ਆਹ ਬੰਨੀ ਹੋਈ ਹੈ ਇੱਧਰ ਆਪਣੀ ਵੀ ਸੈੱਟ ਰਹੇ ਵੀ ਨਾ ਪਸ਼ੂ ਦਾ ਬਾਲਾ ਉੱਪਰ ਰਹੇ ਮੂੰਹ ਅਤੇ ਨਾ ਬਾਲਾ ਥੱਲੇ, ਹੈ ਨਾ। ਕਈ ਵਾਰੀ ਜੇ ਆਪਾਂ ਜ਼ਿਆਦਾ ਤਾਹਾਂ ਚੱਕ ਦਿੰਦੇ ਹਾਂ ਤਾਂ ਉਹ ਵੀ ਥੋੜ੍ਹਾ ਜਿਹਾ ਨੁਕਸਾਨਦਾਇਕ ਹੈ, ਕਈ ਵਾਰੀ ਹੱਥ ਹੁੱਥ ਆਉਣ ਦਾ ਡਰ ਰਹਿੰਦਾ। ਕਦੇ ਵੀ ਤੁਸੀਂ ਜੇ ਕੋਈ ਕਾੜਾ ਕੂੜਾ ਦਿੰਦੇ ਹੋ ਜਾਂ ਨਾਲ ਨਾਲ ਤੁਸੀਂ ਘਿਓ ਘੂ ਦਾ ਜ਼ਿਆਦਾ ਜਾਂ ਤੇਲ ਤੂਲ ਦਿੰਦੇ ਹੋ ਉਦੋਂ ਜ਼ਿਆਦਾ ਚੱਕਰ ਪੈਂਦਾ ਜਾਂ ਗੁੜ ਦਾ ਕਾੜਾ ਤਾਂ ਚੱਲ ਜਾਂਦਾ। ਅਤੇ ਹੱਥ ਹੁੱਥੂ ਤੋਂ ਬਚਾ ਕੇ ਰੱਖਿਆ ਕਰੋ ਪਸ਼ੂ ਨੂੰ, ਉਹ ਨੁਕਸਾਨਦਾਇਕ ਹੋ ਸਕਦਾ, ਉਹ ਤੁਹਾਡਾ ਪਸ਼ੂ 5-10 ਮਿੰਟਾਂ 'ਚ ਖਤਮ ਵੀ ਹੋ ਸਕਦਾ, ਇੰਨਾ ਰਿਸਕੀ ਆ ਇਹ ਕੰਮ ਨਾਲ ਵਾਲਾ ਜਿਹੜਾ ਆਪਾਂ ਕਹਿੰਦੇ ਨਾਲ ਦੇਣ ਦੇ ਢੰਗ ਦਾ, ਨਾ ਬਹੁਤ ਕੇਅਰਫੁੱਲ ਚਾਹੀਦਾ ਉਹ, ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਨੂੰ ਕੀ ਜਿਵੇਂ ਆਪਾਂ ਮੈਂ ਕਹਿੰਦਾ ਵੀ ਘਿਓ ਜਾਂ ਤੇਲ ਉਹ ਸਿੱਧਾ ਨਾਲ ਨਾਲ ਨਹੀਂ ਦੇਣਾ ਚਾਹੀਦਾ ਪਸ਼ੂ ਨੂੰ, ਉਹ ਜੇ ਆਟੋਮੈਟਿਕ ਊਂ ਖਾਂਦਾ ਤਾਂ ਚੰਗਾ, ਤਾਂ ਘਿਓ ਅਤੇ ਤੇਲ ਬਿਲਕੁਲ ਕਦੇ ਵੀ ਨਾ ਦਿਓ, ਕਿਉਂ ਘਿਓ ਅਤੇ ਤੇਲ ਜੇ ਆਪਾਂ ਸਿੱਧਾ ਸਾਹ ਵਾਲੀ ਨਲੀ 'ਚ ਜਾਂਦਾ ਤਾਂ ਪਸ਼ੂ 90% ਤਾਂ ਖਤਮ ਹੀ ਹੋ ਜਾਂਦਾ, ਬਹੁਤ ਘੱਟ ਚਾਂਸ ਹੁੰਦੇ ਆ ਅਤੇ ਉਦੋਂ ਬਚਣ ਦੇ, ਕਿਉਂ ਹਾਥੂ ਆ ਗਿਆ ਤਾਂ ਪਸ਼ੂ ਗਿਆ। ਹਾਥੂ ਦੇ ਇਹ ਹੈ ਜਿਹੜਾ ਆਪਣਾ ਹਿਮਾਲਿਆ ਪਤੀਸੇ, ਇਹਨੂੰ ਚੰਗੀ ਤਰ੍ਹਾਂ ਘੋਲ ਲਓ ਅਤੇ ਲਾ ਦੇਖੋ ਹੁਣ ਆਪਣੇ ਇਹ 'ਚ ਘੋਲ ਬਣਾ ਲਿਆ। ਤੁਸੀਂ ਕਿਸੇ ਹੋਰ ਭਾਂਡੇ ਖੁੱਲ੍ਹੇ ਭਾਂਡੇ 'ਚ ਵੀ ਲੈ ਸਕਦੇ ਹੋ, ਆਪਣੇ ਚੱਲ ਜੱਗ ਦਿੱਤੀ ਗਈ ਜੱਗ ਲੈ ਲਿਆ। ਅਤੇ ਆਹ ਦੇਖੋ ਆਹ ਜਿਹੜੀ ਆਪਾਂ ਜੈਲ ਨਹੀਂ ਦਿੰਦੇ ਪਸ਼ੂਆਂ ਨੂੰ, ਇਹ ਪਸ਼ੂ ਨੂੰ ਦੇਣ ਲਈ ਕਾਫੀ ਚੰਗੀ ਤਾਂ ਰਹਿੰਦੀ ਹੈ ਕਿਉਂਕਿ ਇਹਦਾ ਮੂੰਹ ਅੱਗੇ ਤੋਂ ਦੇਖੋ ਛੋਟਾ ਹੁੰਦਾ ਤਾਂ ਪਸ਼ੂ ਥੋੜ੍ਹਾ ਥੋੜ੍ਹਾ ਜਾਂਦਾ ਇਹਦੇ ਮੂੰਹ 'ਚ, ਜੇ ਆਪਾਂ ਨਾਲ ਨਾਲ ਵੀ ਦੇ ਸਕਦੇ ਹਾਂ ਤਾਂ ਨਾਲ ਨਾਲ ਥੋੜ੍ਹਾ ਜਿਹਾ ਉਹ ਜ਼ਿਆਦਾ ਉਹ ਹੋ ਜਾਂਦਾ, ਆਪਾਂ ਜ਼ਿਆਦਾ ਉਹ ਕਰ ਦਿੰਦੇ ਹਾਂ ਤਾਂ ਉਹ 'ਚ ਪਸ਼ੂ ਨੂੰ ਟਪਾਉਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕੰਮ, ਇਹਦੇ ਨਾਲ ਥੋੜ੍ਹਾ ਥੋੜ੍ਹਾ ਲਈ ਜਾਂਦਾ, ਹੈ ਨਾ।
ਤੇਰੀਆਂ ਜਿੰਨੀਆਂ ਕੁ ਹੋ ਸਕੇ ਇੱਕ ਦੋ ਨਾ ਸੀਸੀਆਂ ਹੁੰਦੀਆਂ ਨੇ ਜਿਹੜੀਆਂ ਉਨੀਆਂ ਕਰ ਲਓ। ਅਤੇ ਪਸ਼ੂ ਦੇ ਆਪਾਂ ਤੁਹਾਨੂੰ ਦੱਸੀ ਹੈ ਵੀ ਇਹ ਜੇ ਤਰੀਕੇ ਨਾਲ ਬੰਨੋ ਇਹਨੂੰ, ਅਤੇ ਜਿਹੜੇ ਨਾਲ ਪਸ਼ੂ ਨਾਲ ਬਾਲਾ ਮੂੰਹ ਉਹ ਨਾ ਹੋਵੇ, ਹੈ ਨਾ। ਆਹ ਦੇਖੋ ਇਹ ਪਾ ਲਿਆ, ਅੱਗੇ ਲਾਸਟ ਤੱਕ ਜ਼ਰੂਰ ਦੇਖਿਓ, ਦੱਸੂਗਾ ਤੁਹਾਨੂੰ ਵੀ ਕੀ ਢੰਗ ਅੱਗੇ ਕੀ ਕੁਛ ਉਹ ਕਰਨਾ। ਕਿਉਂ ਬਾਲਾ ਤਾਹਾਂ ਨਾ ਵੀੜਾ ਚੱਕੇ, ਆਟੋਮੈਟਿਕ ਹੀ ਲੈ ਲੈਂਦਾ ਪਸ਼ੂ, ਇਹੀ ਜੀ ਗੱਲ ਨਹੀਂ। ਬਹੁਤ ਫਰਕ ਪਿਆ, ਦੋ ਤਿੰਨ ਦਿਨ ਹੋ ਗਏ ਆਪਾਂ ਨੂੰ ਦਿੰਦੇ ਨੂੰ, ਜੇ ਆਪਾਂ ਨੂੰ ਰਿਜ਼ਲਟ ਮਿਲਿਆ ਨਾ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਇਹ। ਮੇਨ ਗੱਲ ਤਾਂ ਰਿਜ਼ਲਟ ਦੀ ਆ, ਜਿਹੜੀ ਚੀਜ਼ ਆ ਰਿਜ਼ਲਟ ਦੇਊਗੀ ਉਸੇ ਦਾ ਫਾਇਦਾ, ਹੈ ਨਾ। ਲੀਵਰ ਟੋਨਿਕ ਵੀ ਲਿਖਾਵਾਂਗੇ ਤੁਹਾਨੂੰ, ਲੀਵਰ ਟੋਨਿਕ ਵੀ ਬਹੁਤ ਜ਼ਰੂਰੀ ਹੈ ਦੁੱਧ ਵਾਲੇ ਪਸ਼ੂਆਂ ਨੂੰ, ਤਾਂ ਬਹੁਤ ਜ਼ਰੂਰੀ ਆ ਉਹ 100 ml ਡੇਲੀ। ਹੁਣ ਇਹ ਆਪਾਂ ਪਾਤਾ ਇਹਦੇ ਅੰਦਰ, ਅਤੇ ਠੰਡ ਰੱਖਾ। ਅਤੇ ਬਾਕੀ ਚੱਲ ਇਹ ਆਪਾਂ ਦੇ ਦਾਂਗੇ ਅੱਗੇ, ਅਤੇ ਇੱਕ ਤੁਹਾਨੂੰ ਹੋਰ ਦੱਸਦਾ ਵੀ ਜਦੋਂ ਇਹ ਆਪਾਂ ਨੇ ਦੇ ਤਾ ਲਈ, ਲਾ ਲਓ ਇਹ ਆਪਣਾ ਹਿਮਾਲਿਆ ਪਤੀਸਾ ਘੋਲ ਕੇ ਦੇ ਤਾ, ਅਤੇ ਉਦੋਂ ਬਾਅਦ ਨਾ ਚਾਰ ਤੋਂ ਪੰਜ ਘੰਟੇ, ਹੁਣ ਤਾਂ ਦੋ ਤਿੰਨ ਘੰਟੇ ਤਾਂ ਕਹਿੰਦੇ ਨੇ, ਚਾਰ ਤੋਂ ਪੰਜ ਘੰਟੇ ਨੂੰ ਪੱਠਿਆਂ ਤੋਂ ਦੂਰ ਰੱਖਣਾ ਮੈਂ ਇਹਨੂੰ। ਫਿਰ ਦੇਖਿਓ ਮੈਂ ਤੁਹਾਡੀ ਲੱਕੜਾਂ ਵੀ ਉਹੀ ਗੱਲ ਹੈ, ਜਿਵੇਂ ਕਹਿ ਨਹੀਂ ਦਿੰਦੇ ਵੀ ਲੱਕੜਾਂ ਖਾ ਜੂ, ਮੈਨੂੰ ਵੀ ਕਿਸੇ ਨੇ ਹੀ ਕਿਹਾ ਸੀ, ਮੈਂ ਕਿਸੇ ਗਿਆ ਮੈਂ ਨਾ ਯਾਰ ਆਪਣੀ ਮੈਂ ਪੱਠੇ ਨਹੀਂ ਖਾਂਦੀ, ਕਹਿੰਦਾ ਜੇ ਲੱਕੜਾ ਖਾਣ ਲਾ ਤਾਂ ਫੇਰ ਆ। ਮੈਂ ਫਿਰ ਥੋੜ੍ਹਾ ਜਿਹਾ ਉੱਠ ਕੇ ਉਹਦੇ ਲਵੇ ਹੋਰ ਬੈਠਿਆ, ਮੈਂ ਜੇ ਲੱਕੜਾ ਖਾਣ ਲਾ ਦੇ ਪੱਠੀ ਖਾਣ ਲਾ ਦੇ ਬਾਬੇ ਤੂੰ, ਲੱਕੜਾਂ ਤਾਂ ਦੂਰ ਦੀ ਗੱਲ, ਹੈ ਨਾ। ਉਹ ਕਹਿਣ 'ਚ ਆ ਜਾਂਦਾ ਹੈ ਨਾ, ਅਤੇ ਲੱਕੜਾਂ ਤਾਂ ਉਹੀ ਗੱਲ ਹੈ, ਲੱਕੜਾਂ ਤਾਂ ਨਹੀਂ ਆਪਾਂ ਪਾਉਂਦੇ, ਅਤੇ ਬਸ ਇਹੀ ਗੱਲ ਹੈ ਵੀ ਆਪਣੀ ਪੱਠੇ 'ਤੇ ਖੁਰਾਕ ਖਾਣ ਲੱਗ ਜੇ, ਮੈਂ ਤੰਦਰੁਸਤ ਹੋ ਜੇ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਜਦੋਂ ਮੈਂ ਘਰ ਜਿਹੜੀ ਆਪਣੀ ਢਿੱਲੀ ਮੱਠੀ ਹੁੰਦੀ ਹੈ ਜਾਂ ਕੱਖ ਕੁੱਖ ਛੱਡੇ ਹੁੰਦੇ ਆ, ਤਾਂ ਬੰਦੇ ਦਾ ਉਹੀ ਗੱਲ ਆ, ਮਨ ਤਾਂ ਧਿਆਨ ਤਾਂ ਉੱਧਰ ਹੀ ਰਹਿੰਦਾ, ਜੇ ਬੰਦਾ ਕਿਤੇ ਫਿਰੀ ਜਾਵੇ, ਜੇ ਕਿਤੇ ਪਸ਼ੂ ਖਰੀਦਦਾ ਫਿਰੀ ਜਾਵੇ, ਕਿਸੇ ਵੀ ਵਪਾਰੀ ਭਾਈ ਹੋ ਤੁਸੀਂ ਸਾਰੇ ਪਸ਼ੂ ਪਾਲਕ ਹੋ, ਜੇ ਆਪਣੀ ਮੈਂ ਤੰਦਰੁਸਤ ਨਹੀਂ ਤਾਂ ਆਪਣਾ ਮਨ ਇਹੀ ਹੁੰਦਾ, ਉੱਥੇ ਹੁੰਦਾ ਯਾਰ ਵੀ ਜੇ ਵਾਰੀ ਵਾਰੀ ਦੇਖਦਾ ਬੰਦਾ, ਹੈ ਨਾ, ਵੀ ਖਾ ਲਏ ਉਹਨੇ, ਖਾ ਲਏ ਥੋੜ੍ਹਾ ਘੰਟਾ ਮੂੰਹ ਮਾਰਿਆ ਉਹਨੇ, ਤਾਂ ਕਿਉਂ ਉਹੀ ਗੱਲ ਆ, ਜੇ ਇਹ ਸਾਹਾਂ ਵਾਲੀਆਂ ਚੀਜ਼ਾਂ ਨੇ ਤਾਂ ਆਪਣੇ ਸਾਹ ਵੀ ਇਹਨਾਂ ਦੇ ਸਿਰ 'ਤੇ ਚੱਲਦੇ ਆ, ਇਹੋ ਜਿਹੀ ਗੱਲ ਨਹੀਂ। ਕਿਉਂ ਜਦੋਂ ਆਪਾਂ ਕੋਈ ਵੀ ਬੰਦਾ ਕਾਰੋਬਾਰ ਜਿਹਾ ਕਿੱਤਾ ਕਰਦਾ ਤਾਂ ਉਹਦੀਆਂ ਫੀਲਿੰਗਾਂ ਇੱਦਾਂ ਦੀਆਂ ਹੀ ਜੁੜ ਜਾਂਦੀਆਂ ਨੇ, ਵੀ ਯਾਰ ਪਸ਼ੂ ਹਮੇਸ਼ਾ ਇਹੀ ਕਹਿੰਦੇ ਆ ਵੀ ਤੰਦਰੁਸਤ ਹੋਵੇ, ਕਿਸੇ ਦਾ ਬਿਮਾਰ ਠਮਾਰ ਨਾ ਹੋਵੇ, ਬਾਕੀ ਚੱਲ ਜਾਂਦਾ ਸਿਸਟਮ, ਹੈ ਨਾ ਸਾਰਾ। ਅਤੇ ਆ ਜਾ ਲੈ ਹੁਣ ਮੈਂ ਤੁਹਾਨੂੰ ਲੀਵਰ ਟੋਨਿਕ ਦਿਖਾ ਦਾਂ, ਲਾ ਆਹ ਦੇਖ ਆਹ ਆਪਣੇ ਲਵੇ ਲੀਵਰ ਟੋਨਿਕ, ਹੁਣ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ, ਇਹੋ ਜਿਹੀ ਗੱਲ ਨਹੀਂ। ਅਤੇ ਆਪਣੇ ਲਵੇ ਇਹ ਆ, ਅਤੇ 100 ਇਹ ਤਾਂ 750 ਦਾ ਹੋਣਾ ਰੇਟ ਇਹਦਾ, 5 ਕਿਲੋ ਦਾ। ਅਤੇ ਤੁਸੀਂ 100 ml ਆਪਣੇ ਪਸ਼ੂ ਨੂੰ ਜ਼ਰੂਰ ਦਿਓ ਯਾਰ ਡੇਲੀ, ਇਹਦੀ ਬਸ ਖੁਰਾਕ ਕੇ ਸਮਝ ਲਓ ਵੀ ਜਿਵੇਂ ਆਪਾਂ ਹੋਰ ਪਾਉਂਦੇ ਹਾਂ ਖਾਦ ਖੁਰਾਕ ਜਾਂ ਫੀਡ ਫੂਡ ਸਾਰਾ ਕੁਛ ਪਾਉਂਦੇ ਹਾਂ, ਤਾਂ ਇਹ ਵੀ ਜ਼ਰੂਰੀ ਆ। ਜਿਵੇਂ ਕਹਿੰਦੇ ਨੇ ਵੀ ਚਵਾਈਆਂ ਕਰਾਉਂਦੇ ਆ ਵੀ ਕੀ ਦਿੰਦੇ ਆ, ਉਹ ਜਿਹੜੇ ਕਹਿੰਦੇ ਆ 30-30 ਕੱਲ੍ਹ ਆਪਣਾ ਪਵਿੱਤਰ ਦੀ ਮੈਂ ਇਹਨੇ ਵੀ ਰਿਕਾਰਡ ਤੋੜਿਆ, ਹੈ ਨਾ, ਤਾਂ ਉਹਨਾਂ ਨੂੰ ਵੀ ਵਧਾਈ। ਅਤੇ ਉਹ ਵੀ ਯਾਰ ਇਕੱਲੇ ਇਹ ਨਹੀਂ ਹੈਗਾ ਵੀ ਇਕੱਲੀ ਵੜੇਵੇਂ ਦੀ ਖਲ ਪਾ ਕੇ ਜਾਂ ਆਪਣੇ ਲੇਟੀ ਪਾ ਕੇ ਵੀ 30-30 ਕਿਲੋ ਮਹੀਆਂ ਦੁੱਧ ਦਿੰਦੀਆਂ ਨੇ, ਉਹ ਆਪਣਾ ਸਾਰਾ ਦਿੰਦੇ ਆ ਸਮਾਨ ਤਾਂ ਕਿਤੇ ਮਹੀਆਂ ਦੁੱਧ ਦਿੰਦੀਆਂ ਨੇ। ਅਤੇ ਤੁਸੀਂ ਵੀ ਜੇ ਆਪਣੇ ਘਰ 15 ਕਿਲੋ ਵਾਲੀ ਮੈਂ ਆ ਤਾਂ ਉਹਨੂੰ ਜ਼ਰੂਰੀ ਆ ਵੀ ਲੀਵਰ ਟੋਨਿਕ ਜ਼ਰੂਰ ਦਿਓ, ਲੀਵਰ ਟੋਨਿਕ ਨਾਲ ਹੀ ਆ ਜੇ ਮੈਂ ਤੁਹਾਡੀ, ਜੇ ਉਹਦਾ ਲੀਵਰ ਮਜ਼ਬੂਤ ਹੋਊਗਾ ਨਾ ਤਾਂ ਉਹ ਖੁਰਾਕ ਵੱਧ ਖਾਣ ਦੀ ਸ਼ਮਤਾ ਰੱਖੂਗੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ 2 ਪੇਗ ਲਾਉਂਦਾ ਸੀਗਾ ਵੀ ਲੀਵਰ ਖਰਾਬ ਹੋ ਗਿਆ ਉਹਦਾ, ਹੈ ਨਾ, ਲੀਵਰ ਦੇ ਸਿਰ 'ਤੇ ਆ। ਅਤੇ ਜੇ ਲੀਵਰ ਮਜ਼ਬੂਤ ਹੋਊਗਾ ਤਾਂ ਵੱਧ ਖੁਰਾਕ ਖਾਊਗੀ ਤਾਂ ਵੱਧ ਹਾਜ਼ਮ ਵੱਧ ਕਰੂਗੀ, ਤਾਂ ਉਹਨੂੰ ਉਹ ਦੁੱਧ 'ਤੇ ਵੀ ਵੱਧ ਉੱਨੀ ਵੱਧ ਦੁੱਧ 'ਤੇ ਚੱਲੂਗੀ, ਜਿੰਨੀ ਉਹ ਖੁਰਾਕ ਲਊਗੀ ਅਤੇ ਉਹਨੂੰ ਹਾਜ਼ਮ ਕਰੂਗੀ ਅਤੇ ਉੱਨੀ ਵੱਧ ਦੁੱਧ 'ਤੇ ਚੱਲੂਗੀ। ਇਹ ਜ਼ਰੂਰੀ ਆ ਲੀਵਰ ਟੋਨਿਕ ਵੀ। ਅਤੇ ਇਹ ਅੱਜ ਆਪਾਂ ਨੇ ਦੇਖੋ ਇਹ 'ਚ ਵੀ ਆਪਾਂ 100 ml ਏਸੀ 'ਚ ਪਾ ਕੇ ਦੇ ਸਕਦੇ ਹੋ ਤੁਸੀਂ। ਅਤੇ ਬਾਕੀ ਇਹ ਆਪਾਂ ਪਤੀਸਾ ਦੇ ਕੇ ਹਿਮਾਲਿਆ ਪਤੀਸਾ, ਇਹਦਾ ਕਿਲੋ 220 ਰੁਪਈਆ ਦਾ ਦਿੱਤਾ ਸੀਗਾ, ਅਤੇ ਇਹ ਤੁਸੀਂ ਐਵੇਂ ਦੇ ਸਕਦੇ ਹੋ ਅਤੇ ਉਹਨੂੰ 4 ਘੰਟੇ ਪੱਠਿਆਂ ਤੋਂ ਜ਼ਰੂਰ ਦੂਰ ਰੱਖਿਓ, ਹੈ ਨਾ।
चार पंज घंटे पठियां तों जरूर दूर रखना, एक दो तीन जिन्नियां भी नाला हुंदियां ने तुसीं गाड़ा जिहा रखे उन्ने एक करके इहनूं दे दिओ पशु नूं, तां बाहला औखा काम नहीं हैगा इह। ठीक है भी सज्जणों, है ते होर भी थोड़े नाल जे कोई जानकारी हुंदी होई भी तां शेयर करदे रहांगे, तां इसे लई चैनल नूं जरूर सबसक्राइब कर लिओ ते इसे तरह चैनल नूं प्यार बनाई रखिओ, लाइक शेयर कमेंट जरूर कर दिया करो, कमेंट जरूर घट बहुत घट कर दिओ तुसीं, है ना। ते अगली वीडियो भी पावांगे आपां, अज अपने दे पंज पशु भी ने ते ओह भी दिखावांगे, ते जुड़े रहो इसे तरह मंडियां मुंडियां ते भी आपां तुहानूं अक्सर पशुआं दे रिलेटड वीडियो दिखाउंदे रहिंदे आ। ठीक है भाई, धन्यवाद जी।